ਬੀਤੇ ਦਿਨ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਕੋਟਲਾ ਵਿਖੇ ਸੁਖਪ੍ਰੀਤ ਨਾਮਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਪਿੰਡ ਵਿੱਚ ਚਿੱਟਾ ਵੇਚਣ ਵਾਲਿਆਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਅੱਜ ਫਰੀਦਕੋਟ ਮੇਨ ਹਾਈਵੇ ਜਾਮ ਕਰ ਦਿੱਤਾ ਗਿਆ ਅਤੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਬਹੁਤ ਤ੍ਰਾਸਦੀ ਹੈ ਮੇਰੇ ਸੋਹਣੇ ਪੰਜਾਬ ਦੀ, ਮੇਰੇ ਪੰਜਾਬ ਦੇ ਵਿੱਚ ਜਿਹੜੇ ਫਰਸ਼ਿਆਂ ਵਰਗੇ ਨੌਜਵਾਨ ਹੈ, ਉਹ ਚਿੱਟੇ ਵਰਗੀ ਜਿਹੜੀ ਨਾਮਰਾਦ ਜਿਹੜੀ ਬਿਮਾਰੀ ਹੈ ਸਰ ਮੇਰੇ ਪੰਜਾਬ ਨੂੰ ਪਿਛਲੇ ਤਕਰੀਬਨ 10 ਸਾਲਾਂ ਤੋਂ ਚੁੰਬੜੀ ਹੈ, ਉਹ ਇੱਕ ਇੱਕ ਕਰਕੇ ਮੇਰੇ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਜਾ ਰਹੀ ਆ। ਤੁਹਾਡੇ ਸਾਹਮਣੇ ਦੇਖੋ 6 ਫੁੱਟ ਕੱਦ ਦਾ ਨੌਜਵਾਨ ਉਹ ਮੰਜੇ ਉੱਪਰ ਇਸ ਗੰਦੇ ਨਸ਼ੇ ਨੇ, ਇਸ ਗੰਦੀ ਬਿਮਾਰੀ ਨੇ ਸਿੱਟਿਆ। ਉਹ ਬਾਪ ਹੈ ਜਿਹੜਾ, ਉਹਦੇ ਮੈਂ ਕੀਰਨੇ ਸੁਣ ਕੇ ਆਇਆ, ਮੈਂ ਗੱਲ ਨਹੀਂ ਕਰ ਸਕਦਾ। ਉਹ ਬਾਪ ਦਾ ਇਹ ਜਵਾਬ ਸੀ ਮੈਨੂੰ, ਕਹਿੰਦਾ ਇਹ ਵੋਟਾਂ ਪਿੱਛੇ ਰਾਜਨੀਤੀ ਕਰਨ ਵਾਲੇ ਉਹ ਲੋਕੋ, ਮੇਰੀ ਕਹਿੰਦਾ 25 ਸਾਲਾਂ ਦੀ ਫਸਲ ਅੱਜ ਜਵਾਨ ਹੋਈ ਹੈ ਅਤੇ ਉਹ ਇਹ ਗੰਦਾ ਨਸ਼ਾ ਲੈ ਗਿਆ, ਮੈਨੂੰ ਮੋੜ ਕੇ ਲਿਆ ਦਿਓ। ਸਾਡੇ ਕੋਲ ਵੀ ਇਸ ਗੱਲ ਦਾ ਜਵਾਬ ਨਹੀਂ, ਇੱਥੇ ਕੋਈ ਰਾਜਨੀਤੀ ਨਹੀਂ ਅਸੀਂ ਕਰਨ ਆਏ, ਸਾਡੇ ਬਸ ਸਾਡਾ ਜਿਹੜਾ ਸੀਨਾ ਪਸੀਜ ਗਿਆ, ਇੱਕ ਨੌਜਵਾਨ ਬੱਚਾ ਵਰਸ਼ੇ ਵਰਗਾ ਨੌਜਵਾਨ ਇਹ ਬਿਮਾਰੀ ਇਹ ਨਸ਼ਾ ਖਾ ਗਿਆ। ਪੰਜਾਬ ਦੇ ਹਰ ਪਿੰਡ ਦੇ ਵਿੱਚ ਇਹ ਸੱਥਰ ਵਿਛ ਰਹੇ ਆ ਅਤੇ ਗਾਂਹ ਵਿਛਣੇ ਆ, ਜੇ ਅਸੀਂ ਨਾ ਉੱਠੇ ਅਸੀਂ ਨਾ ਜਾਗੇ। ਇਹ ਇੱਥੇ ਸੜਕ 'ਤੇ ਬੈਠਿਆਂ ਵੀ ਕੁਛ ਨਹੀਂ ਬਣਨਾ, ਸਾਨੂੰ ਸਭ ਨੂੰ ਘਰਾਂ 'ਚੋਂ ਨਿਕਲ ਕੇ ਜਾਗਣਾ ਪਊਗਾ। ਇਹ ਬੜੀ ਵੱਡੀ ਲਾਮਤ ਹੈ ਪੰਜਾਬ ਮੇਰੇ ਨੂੰ, ਨਸਲ ਕੁਸ਼ੀ ਹੋ ਰਹੀ ਹੈ ਸਹੀ ਤਰੀਕੇ ਦੇ ਨਾਲ, ਸੋਚਿਆ ਜਾਵੇ ਨਸਲ ਕੁਸ਼ੀ ਹੈ ਮੇਰੇ ਪਿੰਡ। ਘਰੋਂ ਸੱਦ ਕੇ ਸਤਨਾਮ ਨਾਂ ਦਾ ਮੁੰਡਾ ਸੀ, ਘਰੋਂ ਲੈ ਗਿਆ ਫੋਨ ਕਰਕੇ ਸੱਦ ਲਿਆ, ਮੇਰਾ ਵੀਰ ਰੋਟੀ ਖਾ ਕੇ ਵੈਣ ਲੱਗਾ ਸੀ, ਫੋਨ ਕਰਕੇ ਸੱਦ ਲਿਆ, ਪਤਾ ਨਹੀਂ ਕਿੱਥੇ ਲਗਾਏ, ਕੀ ਮਾਰਿਆ ਕੀ ਨਹੀਂ ਮਾਰਿਆ, ਕੀ ਟੀਕਾ ਲਾਇਆ ਕਿ ਕੀ ਕੀਤਾ, ਬੇਹੋਸ਼ ਕਰਕੇ ਸਾਰੀ ਰਾਤ ਸਿਰ 'ਚ ਪਾਣੀ ਪਾਈ ਗਏ, ਖੜ ਕੇ 3 ਵਜੇ ਸਾਨੂੰ ਫੋਨ ਲਾ ਤਾ, ਕਹਿੰਦੇ ਚੱਕ ਕੇ ਲੈ ਜਾਓ ਸੁੱਖਾ ਇੱਥੇ ਪਿਆ। ਅਸੀਂ ਕੁਛ ਨਹੀਂ ਕੀਤਾ, ਲੀੜੇ ਸਾਰੇ ਲਾਹ ਲਾਹ ਕੇ ਟੰਗ ਤੇ ਨੰਗੇ ਪਿੰਡੇ ਠੰਡਾ ਪਾਣੀ ਪਾਈ ਗਏ। ਜਦੋਂ ਅਸੀਂ ਚੱਕਣ ਗਏ, ਵੀਰ ਮੇਰਾ ਆਕੜਿਆ ਪਿਆ ਸੀ, ਮੇਰਾ ਵੀਰ ਜਮਾਂ ਭੋਲਾ ਸੀ, ਮੇਰਾ ਵੀਰ ਮੋੜ ਕਰਕੇ ਸੱਦ ਲਿਆ, ਮੁੜ ਕੇ ਮੇਰਾ ਵੀਰ ਘਰੇ ਨਹੀਂ ਆਇਆ। 3 ਦਿਨ ਹੋ ਗਏ ਚੱਕੀ ਪੈਂਦਿਆਂ ਨੂੰ, 3 ਦਿਨ ਹੋ ਗਏ, ਆਪ ਹੀ ਫੋਨ ਕਰਕੇ ਦੱਸਤਾ ਮੁੜ ਕੇ ਵੀ ਸਾਡੇ ਵਾੜੇ 'ਚ ਪਿਆ, ਪਹਿਲਾਂ ਪਾਣੀ ਪਾਈ ਗਏ, ਮੇਰਾ ਆਪ ਹੀ ਦੱਸਤਾ, ਉਦੋਂ ਹੀ ਦੱਸ ਦਿੰਦੇ, ਪਹਿਲਾਂ ਸਾਨੂੰ ਦੱਸਿਆ ਨਾ ਅਸੀਂ ਲੈ ਜਾਂਦੇ। ਪੁਲਿਸ ਕਹਿ ਰਹੀ ਆ ਸਾਨੂੰ ਲੱਭ ਨਹੀਂ ਰਿਹਾ, ਅਸੀਂ ਉਹਨਾਂ ਚਿਰ ਕਿਵੇਂ ਸੰਸਕਾਰ ਕਰ ਦਈਏ, ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਕਿਵੇਂ ਇਨਸਾਫ ਕਰ ਦਈਏ, ਲੱਭ ਕਿਉਂ ਨਹੀਂ ਰਿਹਾ। ਪਿੰਡੋਂ ਭਾਜੀ ਖਾਣੀ ਗਿਆ, ਸਾਰੇ ਲੀੜੇ ਗਿੱਲੇ ਲੀੜੇ ਸਾਡੇ ਲਿਫਾਫੇ 'ਚ ਪਾ ਕੇ ਰੱਖੇ ਪਏ ਆ, ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ, ਕੋਈ ਨਹੀਂ ਕਾਰਵਾਈ ਕਰ ਰਹੀ ਪੁਲਿਸ। ਅਸੀਂ ਪਰਸੋਂ ਦੇ ਬੈਠੇ ਹਾਂ, ਕੋਈ ਇਨਸਾਫ ਨਹੀਂ ਹੋ ਰਿਹਾ। ਕੱਲ੍ਹ ਦੀ ਸੁਬਹ ਤੋਂ ਲੈ ਕੇ ਹੋਈ ਆ, ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਡੈੱਡ ਬੋਡੀ ਇਹ ਲਾਸ਼ 'ਤੇ ਲਿਆ ਕੇ ਇੱਥੇ ਰੱਖਦੀ ਆ। ਸੁਖਪ੍ਰੀਤ ਸਿੰਘ ਪੁੱਤਰ ਸੇਵਕ ਸਿੰਘ ਜਿਹੜਾ ਕਿ ਅਣਸਖਾਵੀਂ ਘਟਨਾ ਦਾ ਸ਼ਿਕਾਰ ਹੋ ਗਿਆ, ਇਹ ਨਾਲ ਦੇ ਪਿੰਡ ਆਪਦੇ ਯਾਰਾਂ ਦੋਸਤਾਂ ਦੇ ਕੋਲ ਗਿਆ, ਉਹਨਾਂ ਨੇ ਤਾਂ ਜੀ ਚਿੱਟੇ ਦਾ ਟੀਕਾ ਲਾਤਾ, ਚਿੱਟੇ ਦਾ ਟੀਕਾ ਲਾਉਣ ਦੇ ਬਾਵਜੂਦ ਉਹਨਾਂ ਦੇ ਘਰ ਇਹ ਪਿਆ ਰਿਹਾ ਰਾਤ ਨੂੰ, ਅਤੇ ਉਹਦੇ ਵਿੱਚ ਉਹ ਰੱਖ ਲਓ ਵੀ ਪਾਣੀ ਪੂਣੀ ਪਾਉਂਦੇ ਰਹੇ ਆ। ਸੁਬਹਾ 4 ਵਜੇ ਸਾਨੂੰ ਇਹਦੇ ਡੈਡੀ ਨੇ ਫੋਨ ਕੀਤਾ ਅਤੇ ਚੌਕ 'ਚ ਉੱਥੇ ਗਰਗਾ ਹਸਪਤਾਲ ਮੋਗੇ ਲੈ ਗਏ, ਜਿੱਥੇ ਇਹਦੀ ਕੱਲ੍ਹ 7:30 ਵਜੇ ਮੌਤ ਹੋ ਗਈ। ਅਤੇ ਉਸ ਤੋਂ ਬਾਅਦ ਦੇ ਵਿੱਚ ਕੱਲ੍ਹ ਦੇ ਯਾਨੀ ਕਿ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਹੋਇਆਂ ਮਾਮਲਾ ਦਰਜ ਕਰ ਲਿਆ ਅਤੇ ਆਰੋਪੀ ਦਾ ਨਾਂ ਜਿਹੜਾ ਸੀਗਾ
ਘਰਦਿਆਂ ਵੱਲੋਂ ਲਿਖਾ ਦਿੱਤਾ ਗਿਆ ਅਤੇ ਪਰ ਇਹਦੀ ਕੋਈ ਆਰੋਪੀ ਅਰੈਸਟ ਨਹੀਂ ਕੀਤਾ ਗਿਆ। ਜਿਸਦਾ ਵਿਰੋਧ ਪ੍ਰਦਰਸ਼ਨ ਕਰਦਿਆਂ ਹੋਇਆਂ ਸਭ ਤੋਂ ਵੱਡਾ ਮਸਲਾ ਤਾਂ ਇਹ ਸਾਡਾ ਜਿਹੜਾ ਆਰੋਪੀ ਆ ਉਹਨੂੰ ਅਰੈਸਟ ਕੀਤਾ ਜਾਵੇ ਅਤੇ ਨਾਲ ਹੀ ਸਾਡੇ ਪਿੰਡ ਕੋਟਲੇ ਦੇ ਵਿੱਚ ਜਿਹੜਾ ਕਿ ਹਲਕਾ ਫਿਰੋਜ਼ਪੁਰ ਦਾ ਇੱਕ ਲਾਹਟ ਵਾਲਾ ਪਿੰਡ ਆ ਮੋਗੇ ਦਾ ਅਤੇ ਇਸ ਦੇ ਵਿੱਚ ਪਿੰਡ ਪੈਂਦਾ ਅਤੇ ਸਾਡੇ ਚਿੱਟੇ ਦਾ ਨਸ਼ਾ ਸਾਡੇ ਪਿੰਡ ਕੋਟਲੇ ਦੇ ਵਿੱਚ ਬੜਾ ਸ਼ਰੇਆਮ ਵਿਕ ਰਿਹਾ। ਲਗਭਗ 3 ਕੁ ਮੁੰਡੇ ਮੇਰੇ ਪਿੰਡ ਵੇਚ ਰਹੇ ਆ ਅਤੇ 1-2 ਮੁੰਡੇ ਪਰਲੇ ਪਿੰਡ ਵੇਚ ਰਹੇ ਆ, ਜਿਨ੍ਹਾਂ ਨੂੰ 1-2 ਵਾਰ ਅਸੀਂ ਭਰਾਵੇਂ ਸਮਝਾਇਆ ਵੀ ਆ ਵੀ ਬਾਈ ਜੀ ਕੰਮ ਬੰਦ ਕਰ ਦਿਓ, ਆਪਦੀਆਂ ਜਾਨਾਂ ਖਰਾਬ ਕਰਦੇ ਆ, ਨਾਲੇ ਤੁਸੀਂ ਲੋਕਾਂ ਨੂੰ ਬਰਬਾਦ ਕਰਦੇ ਆ। ਪਰ ਉਹਨਾਂ ਦੇ ਸਿਰ ਦੇ ਉੱਤੇ ਜੋ ਨਹੀਂ ਸਰਕੀ, 1-2 ਵਾਰ ਲਿਖਤੀ ਰੂਪ 'ਤੇ ਤਾਂ ਨਹੀਂ ਕਿਹਾ ਜਾ ਸਕਦਾ, ਭਰਾਵੇਂ ਤੌਰ 'ਤੇ ਅਸੀਂ ਪੁਲਿਸ ਵਾਲਿਆਂ ਨੂੰ ਕਿਹਾ, ਉਹਨਾਂ ਨੇ ਸਾਡੀ ਮਦਦ ਕੀਤੀ। ਪਾਲ ਸਿੰਘ ਐਸਆਈ ਆਇਆ ਸਾਡੇ ਗਰਾਊਂਡ ਦੇ ਵਿੱਚ, 5-7 ਦਿਨ ਸਾਡੇ ਸੌਖੇ ਲੰਘੇ ਅਤੇ ਜੇ ਹੁਣ ਵੀ ਕਹਿ ਲਈਏ ਸਾਡੇ ਪਿੰਡ ਦਿਨ ਸੌਖੇ ਲੰਘੇ ਆ ਵੀ ਸਹੀ ਆ, ਸਹੀ ਗੱਲ ਤਾਂ ਹੁੰਦੀ ਤਾਂ ਫਿਰ ਮੁੰਡਾ ਮਰਦਾ ਕਿਉਂ? ਇਹ ਗੱਲ ਹੁਣ ਤੱਕ ਪੁਲਿਸ ਨੇ ਕੀ ਕਾਰਵਾਈ ਕੀਤੀ? ਹੁਣ ਤੱਕ ਪੁਲਿਸ ਨੂੰ ਪੁੱਛਿਆ ਜੀ, ਉਹ ਕਹਿੰਦੇ 174 ਦੀ ਕਾਰਵਾਈ ਕਰਕੇ ਅਸੀਂ ਜਾਣੀ ਕਿ ਕਾਰਵਾਈ ਪਾ ਦੀ ਆ ਅਤੇ ਆਰੋਪੀ ਜਲਦ ਗ੍ਰਿਫਤਾਰ ਕਰ ਲਿਆ ਜਾਊਗਾ, ਪਰ ਫਿਲਹਾਲ ਗ੍ਰਿਫਤਾਰ ਤਾਂ ਨਹੀਂ ਕੀਤਾ। ਤੁਸੀਂ ਆਏ ਸੀ, ਤੁਹਾਨੂੰ ਪਤਾ ਹੀ ਹੋਣਾ ਕਿ ਆਪਣੇ ਪਿੰਡ ਜਿਹੜੀ ਅਣਸੁਖਾਵੀ ਘਟਨਾ ਹੋਈ ਆ, ਇੱਕ ਨੌਜਵਾਨ ਚਿੱਟੇ ਦੀ ਚਪੇਟ 'ਚ ਆ ਕੇ ਉਹਦੀ ਮੌਤ ਹੋ ਗਈ ਆ, ਪਰ ਸਾਡੇ ਪ੍ਰਸ਼ਾਸਨ ਨੇ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਰੋਸ 'ਚ ਅਸੀਂ ਇਹ ਧਰਨਾ ਲਾਇਆ ਕਿ ਸਾਡੀ ਕੋਈ ਪੁੱਛ ਪੜਤਾਲ ਨਹੀਂ ਹੋ ਰਹੀ, ਸਾਡੇ ਪਿੰਡ 'ਚ ਚਿੱਟਾ ਸ਼ਰੇਆਮ ਵਿਕਦਾ ਜੀ। ਇਹ ਸਾਡਾ 3ਜਾ ਹੱਲਾ ਹੋ ਗਿਆ ਜੀ, 2 ਮੁੰਡੇ ਪਹਿਲਾਂ ਵੀ ਇਸ ਚਪੇਟ 'ਚ ਆ ਚੁੱਕੇ ਆ ਪਰ ਉਹ ਬਚ ਗਏ ਸੀ, ਪਰ ਇਹ ਬਚਿਆ ਨਹੀਂ। ਪਰ ਇਸ ਅਸੀਂ ਇਸ ਨੂੰ ਰੋਸ ਪ੍ਰਦਰਸ਼ਨ ਕਰਦੇ ਹਾਂ, ਇਸ ਕਰਕੇ ਅਸੀਂ ਇਹ ਲਾਸ਼ ਇੱਥੇ ਰੱਖੀ, ਉਹਨਾਂ 'ਚ ਸੰਸਕਾਰ ਨਹੀਂ ਕੀਤਾ ਜਾਊਗਾ ਜਿੰਨਾ ਚਿਰ ਆਰੋਪੀ ਫੜੇ ਨਹੀਂ ਜਾਣਗੇ ਅਤੇ ਸਾਨੂੰ ਇਨਸਾਫ ਨਹੀਂ ਮਿਲਦਾ। ਇਹ ਕੱਲ੍ਹ ਕੋਈ ਕਾਰਨ ਨਹੀਂ ਹੋਈ ਸੀ, 174 ਡੋਜ਼ਲਾ ਉਹਦੇ ਸੰਬੰਧੀ ਲਿਆ ਵੀ ਬੰਦੇ ਫੜੋ, ਬੰਦੇ ਅਸੀਂ ਰੇਡ ਕਰ ਰਹੇ ਹਾਂ, ਰੇਡ ਕਰਕੇ ਸਵੇਰੇ ਵੀ ਸ਼ਾਮ ਵੀ। ਪਰਿਵਾਰ ਵਾਲੇ ਦਾ ਕਹਿਣਾ ਕਿ ਉਸ ਸ਼ਰਮ ਨਾਮ ਦੱਸ ਚੁੱਕੇ, ਪੁਲਿਸ ਹਜੇ ਤੱਕ ਉਹਨਾਂ ਨੂੰ ਫੜ ਨਹੀਂ ਚੁੱਕੀ। ਅਸੀਂ ਉਹਨਾਂ ਦੇ ਰੇਡ ਕਰ ਰਹੇ ਹਾਂ, ਅਣੇ ਸਵੇਰੇ ਵੀ ਕੀਤੇ, ਕੱਲ੍ਹ ਵੀ ਕੀਤੇ, ਸ਼ਾਮ ਵੀ ਕੀਤੇ, ਲੇਕਿਨ ਉਹ ਘਰ ਵਿੱਚ ਕੋਈ ਵੀ ਹਾਜ਼ਰ ਨਹੀਂ ਆ। ਕਾਰਵਾਈ ਕਿਉਂ ਨਹੀਂ ਹੋ ਰਹੀ, ਕੀ ਗੱਲ, ਕੀ ਮਜਬੂਰੀ ਆ? ਭੱਜੇ ਭੱਜੇ ਹੋਏ, ਕੋਈ ਮਜਬੂਰੀ ਨਹੀਂ ਗੀ, ਅਸੀਂ ਉਹਨਾਂ ਦੇ ਫੜ ਰਹੇ ਹਾਂ, ਸਾਨੂੰ ਰੇਡ ਕਰ ਰਹੇ ਹਾਂ, ਲੇਕਿਨ ਉਹ ਮਿਲ ਨਹੀਂ ਰਹੇ ਸਾਨੂੰ। ਮਿਲ ਕੇ ਹੋ ਨਹੀਂ ਰਹੇ? ਨਹੀਂ, ਮੇਰੇ ਪਤਾ ਨਹੀਂ ਕਿੱਥੇ ਭੱਜਿਆ ਹੋਇਆ, ਪਤਾ ਕਿੱਥੇ ਹੁਣ ਅਸੀਂ ਹੁਣ ਸੋਰਸ ਲਾਵਾਂਗੇ, ਆਪਦੇ ਸੋਰਸ ਲਾ ਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਾਂਗੇ। ਫਿਰੋਜ਼ਪੁਰ ਤੋਂ ਪੰਜਾਬੀ ਸਰਗਰਮੀਆਂ ਲਈ ਸੁਖਚੈਨ ਸਿੰਘ ਦੀ ਰਿਪੋਰਟ।